अफगानिस्तान के तालिबान के कब्जे तो बाद हफड़ा दफड़ी का माहौल है। लोग देश छड़न दी बहुत कोशिशा कर रहे हैं। अफगानिस्तान के उत्तर पुथल के विचकार अचानक जम्मू में सुके मेवे की कीमत आसमान में छून लगियां ने। अखरोट काजू बदम की कीमत दुगने तो ज़्यादा हो गई ने, क्योंकि ज़्यादातर सुके मेवे अफगानिस्तान तो ही आते सन। देश में ज़्यादा त्यौहारों का सीजन शुरू हो चुका है, उत्तर ही ड्राई फ्रूटों का रेट भी सातवें आसमान पर पहुँच चुका है। सब तो वध बदामों के रेट बदलने के नाल लोगों की पहुँच तो बदम दूर हो चुके हैं। नाभा विखे दुकानदार वादी महंगाई से दुखी हैं। उत्तर खरीददार भी बदम खरीदने तो पहला 100 बार सोचते हैं कि बदम खरीदिए या नहीं। इस मौके नाभा व्यापार मंडल के प्रधान दुकानदार सतेंद्र मित्तल ने कहा कि दिनों दिन दुकानदारी भी ठप हो गई है। सतेंद्र मित्तल ने कहा कि दिनों दिन दुकानदारियां भी ठप होकर रह गई ने, क्योंकि जो बदम पहला 600 रुपए किलो विक रहा है और हुण 1000 रुपए तो पार हो चुका है। उन्हें कहा कि सारे सुके मेवे अफगानिस्तान तो आते हैं, उत्ते हालात खराब होने के कारण हुण सप्लाई बिल्कुल ठप हो गई है, जिस करके सुके मेवे की कीमतों में लगातार वाधा होता जा रहा है। उन्हें कहा कि हुण जिथे त्यौहार शुरू हो गए हैं, उत्ते ही थोड़े समय के दौरान ही ब्याह समागम भी शुरू होने वाले हैं। ज़्यादातर लोग ब्याहों के त्यौहारों के सुके मेवे का इस्तेमाल करते हैं। उन्होंने दसाया कि आने वाले समय के सुके मेवे में होर भी वाधा होने की संभावना है। उन्होंने कहा कि सरों का तेल और रिफाइंड की कीमत भी आसमान में छूण लग पी है। अफगानिस्तान में हिंसा तो बाद महंगाई की मार पूरे भारत में पैनी शुरू हो गई है। आने वाले समय में लोगों को होर महंगाई की मार कितनी सहनी पवेगी, यह तो आने वाला समा ही दसेगा। ਹੋਰ ਕਰਿਆਨੇ ਦੇ ਆ ਚੀਜ਼ਾਂ ਵਧਣ ਵਾਲਾ ਕਾਫੀ ਫਰਕ ਪੈ ਰਿਹਾ। ਦੇਖੋ ਜੀ, ਜਿਹੜੀ ਭਾਰਤ ਦੀ ਜਨਤਾ ਗਰੀਬ ਜਨਤਾ ਉਹਦੇ ਤਾਂ ਇਹ ਬਹੁਤ ਜ਼ਿਆਦਾ ਬੋਝ ਹੈ। ਆਮ ਜਨਤਾ ਜਿਹੜੀਆਂ ਇਹ ਸਾਰੀਆਂ ਪਹੁੰਚਾਂ ਤੋਂ ਦੂਰ ਹੁੰਦੀ ਜਾਂਦੀ ਹੈ, ਇਹਦੇ ਨਾਲ ਆਮ ਵਪਾਰੀ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਜਨਤਾ ਅਤੇ ਵਪਾਰੀਆਂ 'ਚ ਵਿਤਕਰਾ ਵੱਧਦਾ ਜਾ ਰਿਹਾ, ਦੂਰੀ ਵੱਧਦੀ ਜਾ ਰਹੀ ਹੈ, ਕਿਉਂਕਿ ਹਰ ਬੰਦੇ ਨੂੰ ਇੱਛਾ ਹੁੰਦੀ ਹੈ ਮੈਂ ਵੀ ਬਦਾਮ ਖਾਵਾਂ, ਤੇਲ ਸਰੋਂ ਦਾ ਘਰ ਆਪਾਂ ਨੇ ਯੂਜ ਕਰਨਾ ਕਰਾਂ, ਪਰ ਉਹ ਆਪਣੀ ਹੈਸੀਅਤ ਨਹੀਂ ਹੁੰਦੀ ਉਹਦੀ, ਅਤੇ ਕਈ ਚੀਜ਼ਾਂ ਨੂੰ ਉਹ ਅਫੋਰਡ ਕਰ ਨਹੀਂ ਸਕਦਾ ਅਤੇ ਸਾਇਲੈਂਟ ਹੋ ਜਾਂਦਾ। ਅਤੇ ਆਖਰ ਹਰ ਭਾਰਤੀ ਦਾ ਮਨ ਹੈ, ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਅਤੇ ਬਹੁਤ ਅੱਛੇ ਤਰੀਕੇ ਨਾਲ ਰੇਟਾਂ 'ਤੇ ਕੰਟਰੋਲ ਕਰਨਾ ਚਾਹੀਦਾ। ਪਹਿਲਾਂ ਕਿੰਨਾ ਸੀ, ਹੁਣ ਬਦਾਮ ਦਾ ਕੀ ਰੇਟ ਆ? ਬਦਾਮ ਦਾ ਰੇਟ ਅੱਜ ਤੋਂ 1.5-2 ਮਹੀਨੇ ਪਹਿਲਾਂ 600 ਰੁਪਇਆ ਸੀਗਾ, 600 ਤੋਂ ਵੱਧਦਾ ਵੱਧਦਾ 700 ਹੋਇਆ, 800 ਹੋਇਆ, 900 ਹੋਇਆ। ਦਿੱਲੀ ਅੰਮ੍ਰਿਤਸਰ ਦੀਆਂ ਮਾਰਕੀਟਾਂ 'ਚ 1000 ਰੁਪਈਏ ਤੋਂ ਉੱਪਰ ਜਿਹੜਾ ਬਦਾਮ ਦਾ ਰੇਟ ਹੈ ਉਹ ਵਿਕ ਰਿਹਾ, ਆ ਰਿਹਾ ਉੱਥੋਂ। ਹੁਣ 1000 ਰੁਪਏ ਜਿਹੜਾ ਵਧਣ ਦਾ ਕਾਰਨ ਕੀ ਹੈ? 1000 ਰੁਪਏ ਇੱਕਦਮ ਹੋ ਗਿਆ? ਦੇਖੋ ਜੀ, ਅਸੀਂ ਤਾਂ ਜਦ ਉਹਨਾਂ ਨਾਲ ਗੱਲ ਕਰਦੇ ਹਾਂ ਵਪਾਰੀਆਂ ਨੂੰ, ਕਹਿੰਦੇ ਪਿੱਛੋਂ ਸਟੋਕ ਨਹੀਂ ਆ ਰਹੇ ਅਤੇ ਪਿੱਛੋਂ ਮਾਲ ਮਹਿੰਗਾ ਆ ਰਿਹਾ, ਮਾਲ ਘੱਟ ਆ ਰਿਹਾ ਅਤੇ ਪਿੱਛੋਂ ਮਾਲ ਮਹਿੰਗਾ ਮਿਲ ਰਿਹਾ। ਜਿਵੇਂ ਅਫਗਾਨਿਸਤਾਨ ਤੋਂ ਵੀ ਆਉਂਦਾ ਸੀ ਮਾਲ, ਅਫਗਾਨਿਸਤਾਨ ਬੰਦ ਹੋਣ ਕਰਕੇ ਵੀ ਡਰਾਈ ਫਰੂਟ 'ਤੇ ਬਹੁਤ ਜ਼ਿਆਦਾ ਅਸਰ ਪਿਆ, ਕਿਉਂਕਿ ਉੱਥੋਂ ਬਦਾਮ ਵੀ ਹੈ, ਅੰਜੀਰ ਵੀ ਹੈ, ਮਨੱਕਾਂ ਵੀ ਹੈ, ਹੋਰ ਬਹੁਤ ਸਾਰੀਆਂ ਆਈਟਮ ਹੈ ਜਿਹੜੀਆਂ ਡਰਾਈ ਫਰੂਟਾਂ ਨਾਲ ਰਿਲੇਟਡ ਹੈ, ਉਹ ਸਾਰੀਆਂ ਉੱਥੋਂ ਨਾਨ ਕਰਕੇ ਅਤੇ ਉੱਥੇ ਜਿਹੜੀ ਗ੍ਰਹਿ ਉਦਯੋਗ ਦੀ ਪੁਜੀਸ਼ਨ ਬਣਨ ਕਰਕੇ ਉਹ ਭਾਰਤ ਦੀ ਜਨਤਾ ਨੂੰ ਬਹੁਤ ਮਾਰ ਪੈਣੀ ਹੈ। ਇਹਦੀ ਇਹ ਮਹਿੰਗਾਈ ਸਾਰੀ ਭਾਰਤ ਦੀ ਜਨਤਾ ਨੂੰ ਭੋਗਣੀ ਪੈਣੀ ਹੈ। ਜਿਵੇਂ ਤੇਲ ਦੀਆਂ ਕੀਮਤਾਂ ਹੋ ਗਿਆ, ਖਾਣ ਵਾਲੇ ਤੇਲ 'ਚ ਉਹਨਾਂ 'ਚ ਕਿੰਨਾ ਕੁ ਵਾਧਾ ਹੋਇਆ? ਭਾਈ ਸਾਹਿਬ, ਤੇਲ ਦੀਆਂ ਕੀਮਤਾਂ 'ਚ ਵਧਣ ਦਾ ਕਾਰਨ ਤਾਂ ਮੈਂ ਇੱਕੋ ਹੀ ਸਮਝਦਾ ਹਾਂ, ਕਿਉਂਕਿ ਅੱਜ 1.5-2 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਪਾਮ ਆਇਲ ਜਿਹੜਾ ਬਾਹਰੋਂ ਆਉਂਦਾ ਸੀ ਉਹ ਬੰਦ ਕਰਤਾ। ਪਾਮ ਆਇਲ ਦੇ ਬੰਦ ਕਰਨ ਨਾਲ ਇਸ ਇਹ ਸਾਰੇ ਤੇਲ ਹੈ ਜਿਹੜੇ ਉਹਨਾਂ ਦੇ ਰੇਟ ਹੈ ਜਿਹੜੇ ਵਧਣੇ ਜ਼ਰੂਰੀ ਸੀ, ਕਿਉਂਕਿ ਮੇਰੇ ਖਿਆਲ ਦੇ ਵਿੱਚ ਤਾਂ ਸਰਕਾਰ ਇਹ ਚਾਹੁੰਦੀ ਸੀ ਤੋਰੀਆ, ਸਰੋਂ, ਸੋਇਆ ਜਿਹੜੀਆਂ ਸਾਡੀਆਂ ਇੰਡੀਅਨ ਫਸਲਾਂ ਹੈ ਇਹਨਾਂ ਦੇ ਰੇਟ ਅੱਪ ਹੋਣ। ਜੇ ਉਹ ਤੇਲ ਨਹੀਂ ਮੰਗਾਉਂਦੇ ਤਾਂ ਹੀ ਇਹ ਫਸਲਾਂ ਦੇ ਰੇਟ ਵੱਧਦੇ ਆ। ਉਹਨਾਂ ਦਾ ਲਾਭ ਕਿਸਾਨਾਂ ਨੂੰ ਤਾਂ ਹੋਇਆ, ਪਰ ਆਮ ਜਨਤਾ ਨੂੰ ਉਹਦੀ ਮਾਰ ਪਈ ਹੈ, ਉਹਦਾ ਜਿਹੜਾ ਖਾਮਿਆਜਾ ਹੈ ਉਹ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ। ਸਰੋਂ ਦਾ ਤੇਲ ਕਿੰਨੇ ਰੁਪਏ ਸੀ ਪਹਿਲਾਂ, ਹੁਣ ਕੀ ਰੇਟ ਹੈ? 100 ਰੁਪਏ ਤੋਂ ਵੱਧ ਕੇ 110 ਰੁਪਏ ਤੋਂ ਵੱਧ ਕੇ 165 ਰੁਪਏ ਲੀਟਰ ਦਾ ਰੇਟ ਹੈ ਜਿਹੜਾ ਸਰੋਂ ਦੇ ਤੇਲ ਦਾ ਚੱਲ ਰਿਹਾ। ਟਾਈਮ 'ਚ ਹੁਣ ਤਿਉਹਾਰ ਵੀ, ਵਿਆਹ ਵੀ ਸ਼ੁਰੂ ਹੋ ਜਾਣਗੇ, ਜ਼ਿਆਦਾਤਰ ਲੋਕ ਡਰਾਈ ਫਰੂਟ ਦਾ ਇਸਤੇਮਾਲ ਕਰਦੇ ਨੇ, ਹੋਰ ਕਿੰਨੀ ਕੁ ਹੈਗੀ ਆ ਵੀ ਵਧਣ ਦੇ ਆਸ? ਦੇਖੋ ਜੀ, ਡਰਾਈ ਫਰੂਟ ਦੀਆਂ ਤਾਂ ਕੁਛ ਆਈਟਮਾਂ ਵਧਣ ਦੇ ਆਸਾਰ ਹੈ, ਕਿਉਂਕਿ ਤਿਉਹਾਰਾਂ ਦੇ ਵਿੱਚ ਉਹਨਾਂ ਦੀ ਡਿਮਾਂਡ ਹੁੰਦੀ ਹੈ। ਬਦਾਮ ਦੀ ਪੁਜੀਸ਼ਨਰ ਬਾਹਰਲੇ ਦੇਸ਼ਾਂ ਤੋਂ ਆਉਣਾ ਸੁਧਰ ਗਿਆ ਤਾਂ ਇਹਦੀ ਪੁਜੀਸ਼ਨ ਰੁਕ ਵੀ ਸਕਦੀ ਹੈ, ਅਤੇ ਬਾਕੀ ਡਰਾਈ ਫਰੂਟ ਜੋ ਅਫਗਾਨਿਸਤਾਨ ਤੋਂ ਆਉਂਦਾ ਹੈ ਉਹਨਾਂ ਦੀ ਪੁਜੀਸ਼ਨ ਹੈ ਜਿਹੜੀ ਉਹ ਤੇਜ਼ ਰਹੂਗੀ। ਅਤੇ ਦੂਜੀਆਂ ਆਈਟਮਾਂ ਦਾ ਮੈਂ ਸਮਝਦਾ ਜਿੱਥੇ ਤੱਕ ਗੌਰਮੈਂਟ ਨੇ ਹੁਣ ਲੇਟੈਸਟ 6 ਮਹੀਨਿਆਂ ਤੋਂ ਕੰਟਰੋਲ ਕਰ ਰੱਖਿਆ ਹੈ ਵੀ ਇਹ ਚੀਜ਼ਾਂ ਦੇ ਰੇਟ ਹੋਰ ਅੱਪ ਨਾ ਹੋਣ, ਅਤੇ ਬਾਕੀ ਆਉਣ ਵਾਲਾ ਸਮਾਂ ਦੱਸੂ। ਬਾਕੀ ਗੌਰਮੈਂਟ ਨੂੰ ਇਹ ਚਾਹੀਦਾ, ਜਿਹੜੀ ਮੇਨ ਗੌਰਮੈਂਟ ਦਾ ਕੰਮ ਹੈ ਉਹ ਇਹ ਆ, ਜਿਹੜੀਆਂ ਚੀਜ਼ਾਂ ਕੰਪਨੀਆਂ ਦੀਆਂ ਪ੍ਰਿੰਟ ਰੇਟ
ਉਹ ਮਰਜ਼ੀ ਨਾਲ ਰੇਟ ਵਧਾਈ ਜਾਂਦੇ ਹੈ, ਕੋਈ ਉਹਨਾਂ 'ਤੇ ਬੈਨ ਲੱਗਣਾ ਚਾਹੀਦਾ ਹੈ ਵੀ ਇਸ ਆਈਟਮ ਦਾ ਇੰਨਾ ਰੇਟ ਹੋਣਾ ਚਾਹੀਦਾ। ਇਸ ਟਾਈਮ ਕੋਈ ਪਾਬੰਦੀ ਨਹੀਂ ਕਿਸੇ ਵੀ ਕੰਪਨੀ 'ਤੇ, ਕੰਪਨੀਆਂ ਹੌਲੀ ਸੌਲੀ ਪੂਰੀਆਂ ਲੋਕਾਂ ਨੂੰ ਲੁੱਟਣ 'ਤੇ ਲੱਗੀਆਂ ਹੋਈਆਂ ਆਪਣੀ ਮਰਜ਼ੀ ਦੇ ਰੇਟ ਕਰਕੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੁਣ ਬਦਾਮ ਲੈਣ ਆਏ ਸੀ, ਤੁਸੀਂ ਵੀ ਦੇਖ ਕੇ ਰੇਟ ਹੈਰਾਨ ਹੋ ਗਏ, ਕੀ ਕਹਿਣਾ ਚਾਹੁੰਦੇ? ਅਸੀਂ ਬਦਾਮ ਜੀ 2 ਕੁ ਮਹੀਨੇ ਪਹਿਲਾਂ ਲਏ ਸੀ, ਉਸ ਟਾਈਮ ਲਗਭਗ 6-6.5-6 ਸੌ ਦੀ ਰੇਂਜ 'ਚ ਸੀਗੇ। ਹੁਣ ਅੱਜ ਜਦੋਂ ਰੇਟ ਪੁੱਛਿਆ ਤਾਂ 1000 ਰੁਪਏ। ਹੁਣ ਤਿਉਹਾਰਾਂ ਦੇ ਮੱਦੇਨਜ਼ਰ ਉਹਨੂੰ ਸਰਦੇ ਬੱਚਿਆਂ ਦੇ ਅੱਗੇ ਸਰਦੀਆਂ ਨੇ, ਕਿਸੇ ਨੇ ਕੋਈ ਪੰਜੀਰੀ ਬਣਾਉਣੀ ਹੈ, ਇਸ ਤਰ੍ਹਾਂ ਕਰਕੇ ਇਹਨਾਂ ਦੀ ਹੁਣ ਖਪਤ ਵਧਣੀ ਹੈ ਅਤੇ ਉਹਦੇ ਹਿਸਾਬ ਨਾਲ ਇਸ ਹਿਸਾਬ ਸਾਨੂੰ ਲੱਗਦਾ ਵੀ ਰੇਟ ਬਹੁਤ ਉੱਪਰ ਜਾਣਗੇ, ਕਿਉਂਕਿ ਪਬਲਿਕ ਤਾਂ ਪਹਿਲਾਂ ਹੀ ਪਰੇਸ਼ਾਨ ਹੈ ਇੱਕ ਤਰ੍ਹਾਂ ਤੇਲ ਦੇ ਰੇਟਾਂ ਤੋਂ, ਡੀਜ਼ਲ ਦੇ ਰੇਟਾਂ ਦਾ ਮਹਿੰਗਾਈ ਵਧੀ ਹੋਈ ਹੈ। ਉਸ ਤੋਂ ਇਲਾਵਾ ਹੁਣ ਕਰਿਆਨੇ ਦੀਆਂ ਚੀਜ਼ਾਂ ਜਿਹੜੀਆਂ ਇੰਨੀਆਂ ਤੇਜ਼ ਹੋ ਗਈਆਂ, ਜਿਹੜੀ ਆਮ ਪਬਲਿਕ ਹੈ ਮੇਰੇ ਹਿਸਾਬ ਨਾਲ ਤਾਂ ਉਹ ਮਹਿੰਗਾਈ ਦੇ ਵਿੱਚ ਪਿਸ ਰਹੀ ਹੈ। ਕੇਂਦਰ ਕੋਈ ਠੋਸ ਹੱਲ ਲੱਭਣ 'ਚ? ਦੇਖੋ ਜੀ, ਕੇਂਦਰ ਨੂੰ ਠੋਸ ਹੱਲ ਲੱਭਣਾ ਚਾਹੀਦਾ। ਸਾਡੇ ਬਾਕੀ ਵਪਾਰ ਵੀ ਠੱਪ ਪਏ ਨੇ, ਕਿਉਂਕਿ ਕਿਸਾਨ ਸਾਰੇ ਧਰਨਿਆਂ ਦੇ ਬੈਠੇ ਨੇ, ਕੋਈ ਬਾਕੀ ਵਪਾਰ ਪੂਰੇ ਚੱਲ ਰਹੇ। ਇਸ ਕਰਕੇ ਲੋਕਾਂ ਦੀ ਜਿਹੜੀ ਪੇਇੰਗ ਕਪੈਸਿਟੀ ਹੈ, ਜਿਹੜਾ ਲਿਕੁਇਡ ਗੈਸ ਕੋਲ ਲੋਕਾਂ ਕੋਲ ਹੁੰਦਾ, ਹੁਣ ਦਿਨ ਬਰ ਦਿਨ ਉਹ ਘਟੀ ਜਾਂਦਾ। ਲੋਕਾਂ ਦੀ ਪੇਇੰਗ ਕਪੈਸਿਟੀ ਦੇਖੋ ਘੱਟ ਰਹੀ ਹੈ, ਉਸ ਤੋਂ ਬਾਅਦ ਮਹਿੰਗਾਈ ਜ਼ਿਆਦਾ ਵੱਧ ਰਹੀ ਹੈ। ਇਹ ਕਿਹੜਾ ਗੈਪ ਹੈ ਇਹ ਨਹੀਂ ਸਮਝ ਆ ਰਿਹਾ, ਕਿਉਂਕਿ ਜੇ ਲੋਕਾਂ ਦੀ ਜਿਹੜੀ ਪੇਇੰਗ ਕਪੈਸਿਟੀ ਘਟੂਗੀ ਤਾਂ ਨੈਚੁਰਲੀ ਡਿਮਾਂਡ ਘਟਣ ਕਾਰਨ ਰੇਟ ਘਟਣੇ ਚਾਹੀਦੇ, ਪਰ ਉਲਟਾ ਰੇਟ ਵੱਧ ਰਹੇ ਨੇ। ਇਸ 'ਤੇ ਸਰਕਾਰ ਨੂੰ ਜ਼ਰੂਰ ਇਸ ਦੀ ਪੜਤਾਲ ਕਰਨੀ ਚਾਹੀਦੀ, ਇਹਦੇ ਪਿੱਛੇ ਕੀ ਕਾਰਨ ਹੈ। ਗੈਸ ਨੇ ਤਾਂ ਜੀ ਵੈਸੇ ਲੋਕਾਂ ਦਾ ਇੱਕ ਤਰ੍ਹਾਂ ਦਾ ਐਂ ਸੋ 450-450 ਸਿਲੰਡਰ ਕਰਦੇ ਕਰਦੇ ਅੱਛੇ ਦਿਨ ਆ ਗਏ ਜੀ। ਦੇਖੋ ਹੁਣ ਆਪਣੇ ਵੀ ਬਹੁਤ ਜਾਣ ਕੇ ਤੇਜ਼ ਹੈ, ਹਰ ਇੱਕ ਬੰਦੇ ਰਸੋਈ 'ਚ ਜਿਹੜੀ ਚੀਜ਼ ਦੀ ਲੋੜ ਹੈ, ਇੱਕ ਜਿਹੜੀ ਘਰ ਦੀ ਗ੍ਰਹਿਣੀ ਜਿਹਨੇ ਸਾਰਾ ਆਪਣਾ ਬਜਟ ਚਲਾਉਣਾ, ਉਹ ਤਾਂ ਐਂ ਸਮਝੋ ਵੀ ਅੱਜ ਕੱਲ੍ਹ ਇਹ ਹਾਲਾਤ ਹੋ ਗਏ ਕਿ ਵੀ ਘਰ ਵਾਲਾ ਘਰ ਦਾ ਪਾਸਾ ਵੱਟ ਕੇ ਲੰਘ ਜਾਂਦਾ, ਵੀ ਕਿਤੇ ਹੁਣ ਨਾ ਪੈਸੇ ਮੰਗ ਲਏ, ਮੈਂ ਆਹ ਸੌਦਾ ਲੈ ਕੇ ਆਉਣਾ। ਅਤੇ ਸਰੋਂ ਦਾ ਤੇਲ ਦੇਖੀਏ, ਸਰੋਂ ਦਾ ਸਿਰ 70 ਰੁਪਏ ਸੀ, ਹੁਣ 170 ਰੁਪਏ, ਸਿੱਧੀ 100 ਰੁਪਏ ਦਾ ਬਹੁਤ ਜ਼ਿਆਦਾ ਤੇਜ਼ੀ। ਦੇਖੋ ਸਰੋਂ, ਤੁਸੀਂ ਸਰੋਂ ਲੈਣ ਚਲੇ ਜਾਓ ਜੇ ਆਪਣਾ ਵੀ ਪਸਵਾਨ ਚਲੇ ਜਾਓ, ਉਹ ਵੀ ਬਹੁਤ ਮਹਿੰਗਾ ਪੈਂਦਾ ਇਸ ਟਾਈਮ। ਬਲਕਿ ਦੁਕਾਨ 'ਤੇ ਅਸੀਂ ਕਹਿਸਦੇ 160-165 ਰੁਪਏ ਲੀਟਰ ਪੈਂਦਾ। ਜਦੋਂ ਆਪਣੀ ਸਰੋਂ ਲੈਣ ਚਲੇ ਜਾਓ, ਮੇਰੇ ਖਿਆਲ ਇੰਨੀ ਦੀ ਰੇਂਜ 'ਚ ਆ ਕੇ ਤੁਹਾਨੂੰ ਉਹ ਪੈਂਦਾ ਵੀ ਆਮ ਕਿਸੇ ਲੋਕ ਨੂੰ ਕੋਈ ਹੱਲ ਨਹੀਂ ਹੈ ਇਸ ਟਾਈਮ। ਵੀ ਅਸੀਂ ਆਪਣਾ ਕਈ ਵਾਰ ਹੁੰਦਾ ਵੀ ਆਪਣਾ ਕਰਵਾ ਕੇ ਸ਼ਾਇਦ ਸਸਤਾ ਪੈ ਜਾਵੇ, ਇਹੋ ਜਿਹੀ ਕੋਈ ਹਾਲਾਤ ਨਹੀਂ ਹੈ ਵੀ ਅਸੀਂ ਸਰੋਂ ਲੈ ਕੇ ਕੋਈ ਆਪਣਾ ਕਰ ਲਈਏ। ਇਸ ਤਰ੍ਹਾਂ ਵੀ ਆਮ ਪਬਲਿਕ ਦਾ ਤੇਲ ਦੇ ਰੇਟ, ਹਰ ਇੱਕ ਚੀਜ਼ ਦੇ ਰੇਟ ਤੋਂ ਆਮ ਪਬਲਿਕ ਬਹੁਤ ਜ਼ਿਆਦਾ ਦੁਖੀ ਹੈ। ਬਜਟ 'ਤੇ ਵੀ ਕਾਫੀ ਅਸਰ ਪੈਂਦਾ ਹੋਣਾ ਇਸ ਚੀਜ਼ ਨਾਲ? ਬਜਟ ਤਾਂ ਮੈਂ ਪਹਿਲਾਂ ਦੱਸਿਆ ਜੀ, ਇਸ ਟਾਈਮ ਤਾਂ ਐਸੇ ਘਰ ਦੇ ਹਰ ਇੱਕ ਦੇ ਜੋ ਘਰੇਲੂ ਇਕੋਨਮੀ ਹੈ ਉਹੀ ਤਹਿਸ ਨਹਿਸ ਹੋ ਪਈ ਹੈ। ਲੋਕਾਂ ਦੀ ਪੇਇੰਗ ਕਪੈਸਿਟੀ ਪਹਿਲਾਂ ਘੱਟ ਹੈ, ਮਹਿੰਗਾਈ ਨਾਲ ਹੋਰ ਘਟੀ ਜਾਂਦੀ ਹੈ ਜੀ। ਜਾਂ ਤਾਂ ਇਹਦੇ ਨਾਲ ਲੋਕਾਂ ਦੇ ਬੈਂਕਾਂ ਦੇ ਖਾਤੇ ਬੰਦ ਹੋਣਗੇ, ਜਾਂ ਲੋਕਾਂ ਦੇ ਦੇਖੋ ਜਿਹੜੇ ਦੁਕਾਨਦਾਰ ਛੋਟੇ ਮੋਟੇ ਜਿਹੜੇ ਉਧਾਰ ਕਰਦੇ ਨੇ ਜਾਂ ਉਹ ਮਰਨਗੇ, ਕਿਤੇ ਨਾ ਕਿਤੇ ਜਾ ਕੇ ਇਸ ਦਾ ਗੈਪ ਤਾਂ ਪੂਰਾ ਹੋਊਗਾ। ਜਿਹੜੇ ਲੋਕਾਂ ਇੱਕ ਪਾਸੇ ਕੰਮ ਨਹੀਂ ਚਾਹ ਰਹੇ, ਦੂਜੇ ਪਾਸੇ ਖਰਚੇ ਉਦੋਂ ਵੱਧ ਰਹੇ ਨੇ। ਮੇਰਾ ਨਾਮ ਵਿੱਕੀ ਹੈ ਸਰ। ਵਿੱਕੀ ਜੀ, ਜਿਹੜਾ ਦਿਨੋਂ ਦਿਨ ਮਹਿੰਗਾਈ ਵੱਧ ਰਹੀ ਹੈ, ਜਿਵੇਂ ਬਦਾਮ ਹੋ ਗਏ ਜਿਹੜਾ 600 ਰੁਪਏ ਅਤੇ ਉਹ 1000 ਆ, ਤੇਲ ਜਿਹੜੀ 70 ਰੁਪਏ ਦੀ ਬੋਤਲ ਸੀ ਉਹ 170 ਰੁਪਏ ਦੀ, ਕਿਸ ਤਰ੍ਹਾਂ ਦੇਖਦੇ ਹੋ ਮਹਿੰਗਾਈ ਦੇ? ਸਰ ਅਸੀਂ ਲੇਬਰ ਵਾਲੇ ਬੰਦੇ ਹਾਂ ਜੀ, ਬਦਾਮ ਤਾਂ ਪਹਿਲਾਂ ਵੀ ਨਹੀਂ ਖਾਏ ਜਾ ਰਹੇ ਸੀ, ਪਹਿਲਾਂ ਵੀ ਬਹੁਤ ਮਹਿੰਗੇ ਅਤੇ ਹੁਣ ਹੋਰ ਮਹਿੰਗੇ ਹੋ ਗਏ, ਹੁਣ ਤਾਂ ਦੇਖੇ ਵੀ ਨਹੀਂ ਜਾਣੇ। ਪਹਿਲਾਂ ਚਲੋ ਕੋਈ ਤਿਉਹਾਰ 'ਤੇ ਅਸੀਂ ਦੇਖ ਲੈਂਦੇ, ਤਾਂ ਮੈਨੂੰ ਲੱਗਦਾ ਇਸ ਵਾਰ ਦਿਵਾਲੀ 'ਤੇ ਵੀ ਨਹੀਂ ਦੇਖੇ ਜਾਣੇ ਜੀ, ਕਿਉਂਕਿ ਇੱਕ ਲੇਬਰ ਵਾਲਾ ਬੰਦਾ ਦਿਨ 'ਚ 300-400 ਰੁਪਇਆ ਕਮਾਉਂਦਾ, ਹੁਣ ਉਹ ਇਕੱਲੇ ਬਦਾਮ ਹੀ ਹੋਣਗੇ ਸਰ, ਬਾਕੀ ਚੀਜ਼ਾਂ ਹੀ ਨਾ ਹੋਣੀਆਂ। ਬਦਾਮ ਬਣੇ ਹੋਏ, ਉਹੀ ਗੱਲ ਆ ਜੀ। ਹੁਣ ਆਹ ਤੇਲ ਦੀ ਲਾ ਲਓ ਤੁਸੀਂ, 110 ਰੁਪਏ ਰੇਟ ਦੀ, ਸਿੱਧਾ 160-165 ਰੁਪਏ ਹੋ ਗਿਆ, ਕਿੱਥੋਂ ਖਰੀਦੂਗਾ ਜੀ ਆਮ ਬੰਦਾ? ਆਹ ਗਗਨ 'ਤੇ ਆ ਜਾਓ, ਕੀ ਆ ਦੇਖੋ ਜੀ, ਆਹ 200 ਦਾ ਸੌਦਾ, ਹੁਣ ਪਤਾ ਨਹੀਂ ਕਿੰਨੇ ਦਾ ਬਣੂ ਕਿੰਨੇ ਦਾ ਨਹੀਂ ਜੀ, ਉਹਨੇ ਪੈਸੇ ਹੋਣਗੇ ਨਹੀਂ, ਕਿਵੇਂ ਹੋਣਗੇ ਪੂਰੇ, ਕਿਵੇਂ ਨਹੀਂ ਹੋਣਗੇ ਉਹ ਦੇਖਾਂਗੇ ਜੀ। ਲੇਬਰ ਕਰ ਰਹੇ ਹਾਂ ਜੀ, ਦੇਖਦੇ ਹਾਂ ਕਿੰਨਾ ਸਿਰ ਤਕਦੀਰ ਸਾਥ ਦਿੰਦੀ ਆ, ਸਰਕਾਰਾਂ ਤਾਂ ਨਹੀਂ ਦਿੰਦੀਆਂ, ਪਰਮਾਤਮਾ ਸਿਰੇ ਗੱਡੀ ਚੱਲ ਰਹੀ ਹੈ ਜੀ, ਚਲਾ ਰਿਹਾ ਪਰਮਾਤਮਾ, ਚਲਾ ਰਿਹਾ ਸਰਕਾਰਾਂ ਦੀ ਤਾਂ ਉਮੀਦ ਹੈ ਨਹੀਂ ਜੀ। ਦੇਖੋ ਮਹਿੰਗਾਈ ਤਾਂ ਜੀ, ਇੱਕ ਮੈਨੂੰ ਇੱਦਾਂ ਲੱਗ ਰਿਹਾ ਵੀ ਗੌਰਮੈਂਟ ਅਤੇ ਬਿਜ਼ਨਸਮੈਨ ਮਿਲ ਕੇ ਆਪਸ 'ਚ ਘਪਲੇ ਕਰਕੇ ਮਹਿੰਗਾਈ ਦਿਨ ਪਰ ਦਿਨ ਵਧਾ ਰਹੇ ਨੇ। ਹੁਣ ਤੁਸੀਂ ਗੈਸ ਸਿਲੰਡਰ 'ਤੇ ਲੈ ਲਓ ਸਰ, 450 ਤੋਂ ਸਿੱਧਾ 25 ਰੁਪਏ 50 ਰੁਪਏ ਹੋਰ ਵਧ ਗਿਆ ਜੀ, ਕਿੱਥੋਂ ਲੈ ਲਾਂਗੇ ਜੀ? 800 ਪਾਰ ਹੋ ਗਿਆ ਜੀ। ਆਮ ਇੱਕ ਬੰਦਾ ਜਿਹੜਾ ਦਿਹਾੜੀ ਕਰਦਾ ਜੀ, ਉਹ ਇੱਕ ਦਿਨ 'ਚ ਵੀ ਸਿਲੰਡਰ ਨਹੀਂ ਲੈ ਸਕਦਾ ਜੀ, ਇੱਕ ਦਿਹਾੜੀ ਲਾ ਕੇ ਵੀ ਸਮਝ ਲਓ, ਅਤੇ 2 ਦਿਨਾਂ ਦੇ ਦਿਹਾੜੀਆਂ ਲੱਗਣਗੀਆਂ ਤਾਂ ਉਹਦੇ ਘਰ 'ਚ ਚੁੱਲ੍ਹਾ ਚੱਲੂਗਾ ਜੀ, ਅਤੇ ਪੈਟਰੋਲ 'ਤੇ ਲਾ ਲਓ ਜੀ। ਹੁਣ 103-104 ਰੁਪਏ ਲੀਟਰ ਪੈਟਰੋਲ ਹੋਊਗਾ ਜੀ, ਕਿੱਥੋਂ ਪੂਰਾ ਹੋਊਗਾ? ਸਰਕਾਰਾਂ ਸਮਝ ਤੋਂ ਬਾਹਰ ਆ ਜੀ, ਅੱਛੇ ਦਿਨ ਬਾਕੀ ਬਹੁਤ ਅੱਛੇ ਦਿਨ ਆ ਰਹੇ ਨੇ। ਮੋਦੀ ਸਾਹਿਬ ਥੈਂਕਸ, ਬਹੁਤ ਬਹੁਤ ਧੰਨਵਾਦ, ਅੱਛੇ ਦਿਨ ਦੀ ਜਿਹੜੀ ਉਮੀਦ ਸੀ ਉਹ ਅੱਛੇ ਦਿਨ ਅਸੀਂ ਦੇਖ ਰਹੇ ਹਾਂ। ਸਰਕਾਰਾਂ ਅਜੇ ਤੱਕ ਵੀ ਕੰਟਰੋਲ ਕਰ ਸਕੀਆਂ, ਲਗਾਤਾਰ ਜਿਹੜੇ ਭੁੱਖਮਰੀ ਸ਼ੁਰੂ ਹੋ ਜਾਣੀ ਇਸ ਹਿਸਾਬ ਨਾਲ? ਤਾਂ ਪਹਿਲਾਂ ਤਾਂ ਜੀ ਕਰੋਨਾ ਨੇ ਬਹੁਤ ਬੜੀ ਭੁੱਖਮਰੀ, ਕੁਦਰਤ ਦੇ ਕਹਿਰ ਨੇ ਇੱਕ ਬਹੁਤ ਬੜਾ ਜਾਣੀ ਕਿ ਤਖਤਾ ਹੀ ਪਲਟਤਾ। ਉਸ ਟਾਈਮ ਵੀ ਸਰਕਾਰਾਂ ਨੇ ਕੋਈ ਸਾਥ ਨਾ ਦਿੱਤਾ ਵੀ ਕਿਸੇ ਤਰ੍ਹਾਂ ਦਾ, ਕਿਸੇ ਗਰੀਬ ਨੂੰ ਕੋਈ ਰਾਸ਼ਨ ਨਹੀਂ, ਪਾਣੀ ਨਹੀਂ, ਕੋਈ ਫੈਸਿਲਿਟੀ ਨਹੀਂ, ਕੋਈ ਹੋਸਪਿਟਲ ਫੈਸਿਲਿਟੀ ਨਹੀਂ ਸਰ। ਇਹ ਤਾਂ ਪੰਜਾਬ ਜਾਣੀ ਕਿ ਗੁਰਦੁਆਰਿਆਂ ਨੇ ਬਚਾ ਲਿਆ ਜੀ, ਸਿੱਖੀ ਧਰਮ ਨੇ ਬਚਾ ਲਿਆ ਤਾਂ ਬਚਿਆ ਹੋਇਆ।
ਮੋਦੀ ਸਾਹਿਬ ਪਹਿਲੇ ਮੈਂ ਪੀ ਐੱਮ ਸਾਹਿਬ ਦੇਖੇ ਨੇ ਵੀ ਜਿਹੜੇ ਇੰਨੇ ਜਿੱਦੀ ਪੀ ਐੱਮ ਸਾਹਿਬ ਨੇ ਵੀ ਕਿਉਂ ਨਹੀਂ ਸੁਣ ਰਹੇ ਜਨਤਾ ਦੀ, ਕਿਉਂ ਨਹੀਂ ਸੋਚ ਰਹੇ ਦੇਸ਼ ਬਾਰੇ, ਕੀ ਕਰਨਗੇ ਆਪਣਾ ਜਿੱਦ ਪਣਾ ਪਗਾ ਕੇ ਜੀ। ਜਨਤਾ ਨੇ ਬੜੀ ਖੁਸ਼ੀ ਨਾਲ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਚਲੋ ਅੱਛੇ ਦਿਨ ਲਿਆਤੇ ਜੀ। ਬਹੁਤ ਥੈਂਕ ਯੂ ਮੋਦੀ ਸਾਹਿਬ, ਬਹੁਤ ਬਹੁਤ ਥੈਂਕ ਯੂ। ਅਵਾਜ਼ੀ ਕੰਮ ਟੀਵੀ ਦੀ ਇਲਾਬਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।